ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇਹ ਜਿਹੜਾ ਠੇਕਾ ਹੈ, ਇੱਕ ਤਾਂ ਇੱਥੇ ਨਿੱਜੀ ਸਕੂਲ ਹੈਗਾ, ਲੜਕੀਆਂ ਦਾ ਸਕੂਲ ਆ, ਦੂਸਰਾ ਸਕੂਲ ਹੈਗਾ ਇੱਕ ਸਿਟੀ ਰੋਡ ਦੇ ਉੱਤੇ, ਜਿਹੜੇ ਆਮ ਤੌਰ 'ਤੇ ਜਿਹੜੇ ਸ਼ਰਾਬ ਵਾਲੇ ਬਹਿ ਕੇ ਪੀ ਕੇ ਅਤੇ ਕਈ ਕੋ ਮਤਲਬ ਬੋਲਦੇ ਆ ਭਾਸ਼ਾ ਆਪੋ ਆਪਣੀ ਤਰ੍ਹਾਂ ਤਰ੍ਹਾਂ ਦੀ, ਇਹ ਪਰਿਵਾਰ ਜਿਹੜਾ ਗਰੀਬ ਪਰਿਵਾਰ ਆ, ਇਹਦੇ ਵਿੱਚ ਆਪਣੇ ਉੱਤੇ ਨਿਸ਼ਾਨ ਸਾਹਿਬ ਲੱਗਿਆ ਆ, ਅੰਮ੍ਰਿਤਧਾਰੀ ਸਿੱਖ ਆ, ਅਤੇ ਇਹਨਾਂ ਨੂੰ ਜਿਹੜਾ ਇਹ ਬੜਾ ਦੁੱਖ ਹੁੰਦਾ, ਅਤੇ ਇਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਸਾਰੇ ਨਗਰ ਵਾਲੇ ਅੱਗੇ ਅਸੀਂ ਦਿਖਾ ਦਿੱਤੀ ਆ ਅਤੇ ਇਹ ਤੋਂ ਕੰਮ ਕਰਦੇ ਹੁਣ ਚਲੋ ਜੀ। ਮੈਂ ਪੰਚਾਇਤ ਮੈਂਬਰ ਗੁਲਾਬਸਿੰਘ ਪਿੰਡ ਚੋਲੀ ਗਿਆ ਜੀ, ਮੇਰੇ ਨਾਲ ਪੰਚਾਇਤ ਮੈਂਬਰ ਅਮਰ ਸਿੰਘ ਵੀ ਨੇ। ਅਸੀਂ ਬੜੀ ਵਾਰ ਬੇਨਤੀ ਕਰ ਚੁੱਕੇ ਜਾਂ ਇੱਕ ਗਰੀਬ ਪਰਿਵਾਰ ਜੀ, ਇਹਨਾਂ ਦੇ ਗਰੀਬ ਪਰਿਵਾਰ ਜੀ, ਇਹਨਾਂ ਦੇ ਨਾਲ ਘਰ ਦੇ ਵਿੱਚ ਸ਼ਰਾਬ ਦਾ ਠੇਕਾ ਹੈ ਜੀ, ਇਸ ਨੂੰ ਚੁੱਕਣ ਵਾਸਤੇ ਪ੍ਰਸ਼ਾਸਨ ਨੂੰ ਬੜੀ ਵਾਰ ਬੇਨਤੀ ਕੀਤੀ ਜੀ, ਡੀ ਸੀ ਤੱਕ ਵੀ ਪਹੁੰਚ ਕਰ ਚੁੱਕੇ ਪਰ ਸੁਣਵਾਈ ਕੋਈ ਨਹੀਂ ਜੀ। ਇਸ ਵਾਸਤੇ ਪਰਿਵਾਰ ਦੀ ਕੀਤੀ ਹੈ, ਤੁਸੀਂ ਇੱਕ ਗੱਲ ਤਾਂ ਕਹਿੰਦੇ ਵੀ ਇਹ 500 ਮੀਟਰ ਦੂਰ ਹੋਣਾ ਚਾਹੀਦਾ ਜੀ, ਵੇਖ ਲਓ ਜੀ 10 ਮੀਟਰ ਦੀ ਦੂਰੀ 'ਤੇ ਸਾਰਾ ਜੀ, ਬਿਲਕੁਲ ਮੇਨ ਦੂਸਰੇ ਬੰਨੇ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਲੈਂਦੇ ਜੀ। ਗੁਰੂ ਘਰ ਦੇ ਕੋਲ ਬਣਿਆ ਇਹ ਠੇਕਾ ਸਿੱਖ ਸੰਗਤਾਂ ਦੇ ਲਈ ਬਹੁਤ ਵੱਡਾ ਅਪਰਾਧ ਬਣਦਾ ਜਾ ਰਿਹਾ ਹੈ ਜੀ। ਸੋ ਇਸ ਦੇ ਲਈ ਪਿੰਡ ਨਿਵਾਸੀਆਂ ਨਾਲ ਗੱਲ ਕਰਦੇ ਹਾਂ ਜੀ, ਕੀ ਚਾਹੁੰਦੇ ਨੇ ਪਿੰਡ ਨਿਵਾਸੀ ਇਸ ਠੇਕੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂਬਰ ਸਾਹਿਬ ਤੁਸੀਂ? ਅਸੀਂ ਚਾਹੁੰਦੇ ਹਾਂ ਜੀ ਜਲਦ ਤੋਂ ਜਲਦ ਠੇਕਾ ਚੁੱਕਿਆ ਜਾਏ ਜੀ। ਇਸ ਸੰਬੰਧੀ ਤੁਸੀਂ ਕੋਈ ਦਰਖਾਸਤ ਦਿੱਤੀ ਅਫਸਰਾਂ ਨੂੰ ਜਾਂ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ? ਹਾਂਜੀ, ਇਹ ਗਰੀਬ ਪਰਿਵਾਰ ਜੀ, ਇਸ ਪਰਿਵਾਰ ਨੂੰ ਨਾਲ ਲੈ ਕੇ ਅਸੀਂ ਮਿਲੇ ਸੀ, ਉਹ ਚਿੱਠੀ ਦਿੱਤੀ ਹੈ ਜੀ, ਅਤੇ ਉਸ ਵੇਲੇ ਸੰਬੰਧ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ, ਬਿਲਕੁਲ ਰੋਡ ਦੇ ਉੱਪਰ ਹੈ ਜੀ। ਸੋ ਸਿੱਖ ਸੰਗਤਾਂ ਦਾ ਰੋਸ ਦੇਖ ਰਹੇ ਹੋ, ਨਿਸ਼ਾਨ ਸਾਹਿਬ ਘਰ ਦੇ ਉੱਪਰ ਲੱਗਿਆ ਹੈ ਜੀ, ਇੱਕ ਗੁਰਸਿੱਖ ਦੇ ਨਾਲ ਧੱਕਾ ਕੀਤਾ ਜਾ ਰਿਹਾ ਠੇਕੇਦਾਰਾਂ ਵੱਲੋਂ। ਸੋ ਇਸ ਦੇ ਵਿਰੋਧ ਦੇ ਵਿੱਚ ਗੱਲ ਕਰਦੇ ਹਾਂ ਜੀ ਘਰ ਮਾਲਕਾਂ ਦੇ ਨਾਲ, ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਮੈਂ ਪ੍ਰੇਮ ਸਿੰਘ ਬੋਲਦਾ ਜੀ, ਬਲੋਚਕੇਰੇ ਦਾ ਨਿਵਾਸੀ ਜੀ। ਅਸੀਂ ਅੰਮ੍ਰਿਤਧਾਰੀ ਪਰਿਵਾਰ ਸਿੰਘ ਹਾਂ, ਸਾਰੇ ਮੇਰੀਆਂ ਲੜਕੀਆਂ ਵੀ ਆ ਘਰ ਦੇ ਆ, ਇੱਥੇ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ, ਇੱਥੇ ਪੀ ਕੇ ਸ਼ਰਾਬਾਂ ਗਾਲ ਗਲੋਚ ਕੀਤਾ ਜਾਂਦਾ ਹੈ। ਮੈਂ ਅਸੀਂ ਦੋਵੇਂ ਜੀ ਢਿੱਲੇ ਰਹਿੰਦੇ ਹਾਂ, ਬਾਹਰ ਮੇਲਿਆਂ ਦੇ ਕੰਮ ਕਰਦੇ ਹਾਂ, ਕਈ ਵਾਰ ਸਾਡੇ ਮੇਲੇ ਵੀ ਛੁੱਟ ਜਾਂਦੇ ਆ, ਛੱਡ ਤੋਂ ਕੰਮ ਵੀ ਨਹੀਂ ਹੁੰਦਾ, ਆਪਦੇ ਬੱਚਿਆਂ 'ਤੇ ਨਿਗਰਾਨੀ ਰੱਖਣੀ ਪੈਂਦੀ ਆ, ਕਈ ਤਰੀਕੇ ਸਾਨੂੰ ਪਰੇਸ਼ਾਨੀਆਂ ਆਉਂਦੀਆਂ। ਸਾਡੀ ਇਹੋ ਹੀ ਬੇਨਤੀ ਆ ਵੀ ਠੇਕਾ ਇੱਥੋਂ ਚੁੱਕਿਆ ਜਾਵੇ ਅਤੇ ਪਾਸੇ ਕੀਤਾ ਜਾਵੇ, ਸਾਡੀ